ਪਿੰਡ ਨੱਥੂਵਾਲਾ ਜ਼ਿਲ੍ਹਾ ਮੋਗਾ ਵਿੱਚ ਹੋਈ ਵਾਰਦਾਤ ਵਿੱਚ ਪੁਲਿਸ ਵੱਲੋਂ ਹਰ ਪਹਿਲੂ 'ਤੇ ਜਾਂਚ ਕੀਤੀ ਜਾ ਰਹੀ ਹੈ। ਪਿੰਡ ਵਾਸੀ ਸਾਡੇ ਨਾਲ ਮੌਜੂਦ ਨੇ, ਸਰਪੰਚ ਸਾਹਿਬ ਮੌਜੂਦ ਨੇ। ਸਰਪੰਚ ਸਾਹਿਬ, ਪਰਿਵਾਰ ਦੀ ਗੱਲ ਕੀਤੀ ਜਾਵੇ, ਪਰਿਵਾਰ ਕਿਸ ਤਰੀਕੇ ਦਾ ਹੈ? ਬਹੁਤ ਹੀ ਸਧਾਰਨ ਪਰਿਵਾਰ ਸੀ, ਸ਼ਰੀਫ ਪਰਿਵਾਰ ਸੀਗਾ ਜੀ। ਇਹ ਸੰਦੀਪ ਸਿੰਘ ਨੂੰ ਕੋਈ ਪਰੇਸ਼ਾਨੀ ਜਾਂ ਕੋਈ ਇਹ ਸਮੱਸਿਆ ਨਹੀਂ ਸੀ। ਇਹ ਸਾਨੂੰ ਆਪ ਚੰਬਾ ਬਣਿਆ ਵੀ ਐਡੀ ਘਟਨਾ ਕਿਵੇਂ ਵਾਪਰ। ਸ਼ੁਰੂਆਤ ਸੁਬਹਾ ਸਵੇਰੇ ਦੀ ਗੱਲ ਕੀਤੀ ਜਾਵੇ ਤਾਂ ਘਟਨਾ ਦਾ ਕਿਵੇਂ ਪਤਾ ਲੱਗਿਆ, ਪਿੰਡ ਵਾਸੀ ਕੀ ਕੁਛ ਕਹਿੰਦੇ? ਇਹ ਤਾਂ ਮੈਨੂੰ ਮੁਹੱਲੇ ਵਾਲਿਆਂ ਨੇ ਰਾਤੀਂ 1 ਵਜੇ ਫੋਨ ਲਾਤਾ ਸੀਗਾ ਜੀ। ਇਹਨਾਂ ਦੇ ਦਾਦਾ ਜੀ ਨੇ ਫੋਨ ਲਾਇਆ ਆਪਣੇ ਦੋਸਤ ਨੂੰ ਵੀ ਸਾਡੇ ਸੰਨੀ ਨੇ ਸਾਡਾ ਕਤਲ ਕਰਤਾ, ਮੈਂ ਇਕੱਲਾ ਬਚਿਆ, ਮੈਨੂੰ ਆ ਕੇ ਬਚਾ ਲਓ। ਉਹ ਆਏ, ਉਹਨਾਂ ਨੇ ਇੱਥੇ ਦੇਖਿਆ ਲਹੂ ਲਵਾਉਣ, ਉਹਨਾਂ ਨੇ ਫਿਰ ਮੈਨੂੰ ਫੋਨ ਲਾਇਆ, ਮੈਂ ਸੀ ਬਾਹਰ। ਉਹ ਕਹਿੰਦੇ ਵੀ ਚੌਂਕੀ ਵਾਲਿਆਂ ਨੂੰ ਫੋਨ ਲਾਓ ਵੀ ਉਹਨਾਂ ਨੂੰ ਭੇਜੋ। ਮੈਂ ਉਹਨਾਂ ਨੂੰ ਫੋਨ ਲਾਇਆ ਵੀ ਰਸਤੇ ਬਾਹਰ ਤੁਹਾਡੇ ਬੰਦੇ ਖੜ੍ਹੇ, ਉਹਨਾਂ ਦੇ ਨਾਲ ਜਾਓ। ਉਹਨਾਂ ਨੇ ਆ ਕੇ ਬਾਹਰ ਭੰਨੇ, ਦੇਖਿਆ ਤਾਂ ਇੱਥੇ ਕਤਲ ਹੋਏ ਪਏ ਸੀਗੇ ਜੀ। ਫਿਰ ਉਹ ਦਾਦਾ ਜੀ ਦੇ ਦੱਸਣ 'ਤੇ ਹੀ ਪਤਾ ਲੱਗਾ ਵੀ ਮੇਰੇ ਪੋਤੇ ਨੇ ਸਾਰਾ ਕੁਛ ਕੀਤਾ, ਜੋ ਕੁਛ ਦਾਦਾ ਜੀ ਦੇ ਵੀ ਗੋਲੀ ਲੱਗੀ ਆ, ਉਹ ਬਚ ਗਏ ਜੀ। ਹੁਣ ਕੀ ਲੱਗਦਾ ਪੂਰਾ ਕਾਰਨ ਕੀ ਰਿਹਾ ਹੋਣਾ ਇਹਦੇ ਵਿੱਚ? ਕਾਰਨ ਤਾਂ ਜੀ ਹੁਣ ਮੰਨ ਲਓ ਵੀ ਪੁਲਿਸ ਕਾਰਵਾਈ ਕਰ ਰਹੀ ਆ, ਉਹ ਤਫਤੀਸ਼ ਕਰੀ ਜਾਂਦੀ। ਉਹਨਾਂ ਕੋਲ ਨੋਟਸ ਆ ਜੀ, ਉਹ ਕੀ ਲਿਖਿਆ ਸੰਦੀਪ ਦਾ ਉਹ ਉਹਨਾਂ ਕੋਲ ਆ ਜੀ। ਪਿੰਡ ਦੇ ਹੋਰ ਲੋਕ ਵੀ ਮੌਜੂਦ ਨੇ ਸਰ, ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਦੱਸਿਆ ਜਾ ਚੰਗਾ ਪਰਿਵਾਰ ਸੀ, ਅਤੇ ਸਨੀ ਜਿਹੜਾ ਲੜਕਾ ਹੈ ਜਿਹਨੇ ਕਿ ਸਾਰੀ ਘਟਨਾ ਨੂੰ ਅੰਜਾਮ ਦਿੱਤਾ, ਕੀ ਲੱਗਦਾ ਤੁਹਾਨੂੰ ਕਾਰਨ ਕੁਛ ਸਮਝ ਆਉਂਦਾ ਕੁਛ? ਨਹੀਂ, ਬੱਚਾ ਬਹੁਤ ਭਲਾਮਾਨ ਸੀਗਾ, ਪਰ ਇਸ ਗੱਲ ਬਾਰੇ ਕੋਈ ਨਹੀਂ ਪਤਾ ਲੱਗ ਰਿਹਾ। ਕਿਉਂ ਬੱਚਾ ਮਤਲਬ ਕਦੇ ਵੀ ਕਿਸੇ ਨਾਲ ਲੜਦਾ ਨਹੀਂ ਸੀ, ਬੋਲਦਾ ਨਹੀਂ ਸੀ, ਕੋਈ ਜ਼ਿਆਦਾ ਗੁੱਸਾ ਨਹੀਂ ਲੈਂਦਾ ਸੀਗਾ, ਇਸ ਕਾਰਨ ਦਾ ਕੋਈ ਵੀ ਪਤਾ ਨਹੀਂ। ਪਰਿਵਾਰ ਵਿੱਚ ਇਹਨਾਂ ਦੇ ਕੌਣ ਕੌਣ ਸੀਗੇ ਅਤੇ ਕੁਛ ਦੱਸਿਆ ਜਾ, ਬਾਹਰ ਵੀ ਸੀਗੇ ਕੁਛ ਲੋਕਾਂ ਨਾਲ? ਪਰਿਵਾਰ ਦੇ ਵਿੱਚ ਇਹ ਦੋ ਭੈਣਾਂ ਜੀ, ਭਰਾ ਤੀਜਾ ਜੀ, ਮਾਂ ਪਿਓ, ਦਾਦਾ ਦਾਦੀ, ਇੰਨੇ ਜੀ ਆਏ ਪਰਿਵਾਰ ਦੇ ਵਿੱਚ। ਹਾਂ, ਭੈਣ, ਉਹ ਤਾਂ ਭਾਣ ਜੀ ਨੂੰ ਅਤੇ ਭੈਣ ਨੂੰ ਲੈ ਕੇ ਆਏ ਕੱਲ੍ਹ ਜਾ ਕੇ। ਤਾਂ ਕੁੱਲ ਮਿਲਾ ਕੇ ਪਿੰਡ ਵਾਸੀ ਖੁਦ ਵੀ ਹੈਰਾਨ ਨੇ ਕਿ ਦੱਸਿਆ ਜਾ ਰਿਹਾ ਕਿ ਇਹ ਲੜਕਾ ਜੋ ਹੈ ਇਸ ਤਰੀਕੇ ਦਾ ਨਹੀਂ ਸੀ ਕਿ ਇਸ ਘਟਨਾ ਨੂੰ ਅੰਜਾਮ ਦੇਵੇ, ਪਰ ਲੜਕੇ ਦਾ ਜੋ ਦਾਦਾ ਹੈ ਜੋ ਕਿ ਇਸ ਪੂਰੀ ਘਟਨਾ ਵਿੱਚ ਕਿਸੇ ਤਰੀਕੇ ਨਾਲ ਬਚ ਨਿਕਲਿਆ ਹੈ, ਉਸਦੇ ਦੱਸੇ ਅਨੁਸਾਰ ਜੋ ਹੈ ਕਿ ਉਹਨਾਂ ਦਾ ਜੋ ਪੋਤਾ ਹੈ ਸਨੀ, ਉਸਨੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਹੈ। ਪਰ ਫਿਲਹਾਲ ਪੁਲਿਸ ਜੋ ਹਰ ਪੱਖੋਂ ਜਾਂਚ ਕਰ ਰਹੀ ਹੈ, ਪਿੰਡ ਵਾਸੀ ਜੋ ਨੇ ਉਹਨਾਂ ਦੇ ਆਪਦੇ ਵਿਚਾਰ ਨੇ, ਪਰ ਜੋ ਇਸ ਪੂਰੀ ਘਟਨਾ ਦੀ ਅਸਲ ਵਜ੍ਹਾ ਹੈ ਪੁਲਿਸ ਉਸ 'ਤੇ ਜਾਂਚ ਕਰਕੇ ਸਭ ਕੁਝ ਜਲਦ ਹੀ ਸਭ ਦੇ ਸਾਹਮਣੇ ਲਿਆ ਸਕਦੀ ਹੈ। ਮੋਗਾ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ।